ਅੱਗੇ ਵਧਦੇ ਹਾਂ ਵੱਡੀ ਅਪਡੇਟ ਦਾ ਰੁਖ ਕਰਦੇ ਹਾਂ। ਦੱਸਦੀ ਹੈ ਕਿ ਜਿਸ ਹਿਸਾਬ ਦੇ ਨਾਲ ਸਿਮਰਜੀਤ ਸਿੰਘ ਮਾਨ ਨੇ ਸਟੇਟਮੈਂਟ ਜਾਰੀ ਕੀਤੀ, ਉਹ ਤੋਂ ਬਾਅਦ ਕੰਗਨਾ ਦੀ ਵੀ ਸਟੇਟਮੈਂਟ ਹੁਣ ਸਾਹਮਣੇ ਆਈ ਹੈ। ਸਪਸ਼ਟ ਤੌਰ ਤੇ ਕਿਹਾ ਹੈ ਕਿ ਧਮਕੀਆਂ ਮਿਲ ਰਹੀਆਂ ਨੇ। ਹਾਲਾਂਕਿ ਜੇਕਰ ਜ਼ਿਕਰ ਕੀਤਾ ਜਾਵੇ ਤਾਂ ਉਹ ਇਹ ਚੀਜ਼ ਕਹਿ ਰਹੇ ਨੇ ਕਿ ਮੈਨੂੰ ਬਲਾਤਕਾਰ ਦੀਆਂ ਧਮਕੀਆਂ ਮਿਲ ਰਹੀਆਂ ਨੇ, ਅਜਿਹੀਆਂ ਧਮਕੀਆਂ ਨਾਲ ਮੇਰੀ ਆਵਾਜ਼ ਦਬਾਈ ਨਹੀਂ ਜਾ ਸਕਦੀ। ਕੰਗਨਾ ਰਾਉਤ ਦੀ ਸਟੇਟਮੈਂਟ ਇਸ ਵਕਤ ਦੀ ਸਭ ਤੋਂ ਅਹਿਮ ਅਤੇ ਵੱਡੀ ਅਪਡੇਟ। ਸੋ ਸਾਬਕਾ MP ਸਿਮਰਜੀਤ ਸਿੰਘ ਮਾਨ ਦੇ ਬਿਆਨ ਤੋਂ ਬਾਅਦ ਹੁਣ ਕੰਗਨਾ ਦਾ ਬਿਆਨ ਵੀ ਸਾਹਮਣੇ ਆਇਆ। ਉਹ ਕਹਿੰਦੇ ਆ ਕਿ ਮੈਨੂੰ ਬਲਾਤਕਾਰ ਦੀਆਂ ਧਮਕੀਆਂ ਮਿਲ ਰਹੀਆਂ ਨੇ, ਅਜਿਹੀਆਂ ਧਮਕੀਆਂ ਦੇ ਨਾਲ ਮੇਰੀ ਆਵਾਜ਼ ਨਹੀਂ ਦਬਾ ਸਕਦੇ। ਹਾਲਾਂਕਿ ਹੁਣ ਦੇਖਣਾ ਹੋਏਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਇਸ 'ਤੇ ਰਿਐਕਸ਼ਨ, ਕੀ ਕੁਝ ਐਕਸ਼ਨ ਹੁੰਦਾ ਹੈ। ਲੇਕਿਨ ਫਿਲਹਾਲ ਦੀ ਘੜੀ ਵਾਰ ਪਲਟਵਾਰ ਦਾ ਜਿਹੜਾ ਸਿਲਸਿਲਾ ਹੈ ਉਹ ਨਿਰੰਤਰ ਚੱਲ ਰਿਹਾ। ਤਾਂ ਹੁਣ ਧਮਕੀਆਂ ਦੀ ਗੱਲਬਾਤ ਆਖੀ ਗਈ ਹੈ ਮੈਂਬਰ ਪਾਰਲੀਮੈਂਟ ਕੰਗਨਾ ਰਣੌਤ ਦੁਆਰਾ। ਉਹ ਕਹਿੰਦੇ ਨੇ ਕਿ ਮੈਨੂੰ ਬਲਾਤਕਾਰ ਦੀਆਂ ਧਮਕੀਆਂ ਮਿਲ ਰਹੀਆਂ ਨੇ, ਅਜਿਹੀਆਂ ਧਮਕੀਆਂ ਦੇ ਨਾਲ ਮੇਰੀ ਆਵਾਜ਼ ਨਹੀਂ ਦਬਾਈ ਜਾ ਸਕਦੀ। ਸੋ ਸਿਮਰਜੀਤ ਸਿੰਘ ਮਾਨ ਨੇ ਜੋ ਪਹਿਲਾਂ ਸ਼ਬਦੀ ਵਾਰ ਕੀਤਾ, ਉਸ ਤੋਂ ਬਾਅਦ ਵੱਡਾ ਵਿਵਾਦ ਖੜਾ ਹੋਇਆ। ਤਾਂ BKU ਤੋਤੇਵਾਲ ਸੂਬਾ ਪ੍ਰਧਾਨ ਨੇ ਹਮਾਇਤ ਕੀਤੀ, ਅਤੇ ਲੇਕਿਨ ਹੁਣ ਕੰਗਨਾ ਰਣੌਤ ਨੇ ਸਪਸ਼ਟ ਤੌਰ 'ਤੇ ਕਿਹਾ ਕਿ ਮੈਂ ਅਜਿਹੀਆਂ ਧਮਕੀਆਂ ਤੋਂ ਡਰਨ ਵਾਲੀ ਨਹੀਂ ਹਾਂ, ਮੇਰੀ ਆਵਾਜ਼ ਨਹੀਂ ਦਬਾ ਸਕਦੇ, ਮੈਨੂੰ ਬਲਾਤਕਾਰ ਦੀਆਂ ਧਮਕੀਆਂ ਮਿਲ ਰਹੀਆਂ ਨੇ। ਹੁਣ ਦੇਖਣਾ ਹੋਏਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਐਕਸ਼ਨ, ਕੀ ਕੁਝ ਕਾਰਵਾਈ ਹੁੰਦੀ ਹੈ, ਕਿਉਂਕਿ ਮੈਂਬਰ ਪਾਰਲੀਮੈਂਟ ਮੌਜੂਦਾ ਦੇ ਭੂਮੀ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਮੈਂਬਰ ਪਾਰਲੀਮੈਂਟ ਕੰਗਨਾ ਰਣੌਤ, ਜਿਸਨੇ ਸਪਸ਼ਟ ਤੌਰ 'ਤੇ ਕਿਹਾ ਕਿ ਮੈਨੂੰ ਬਲਾਤਕਾਰ ਦੀਆਂ ਧਮਕੀਆਂ ਮਿਲ ਰਹੀਆਂ ਨੇ, ਅਜਿਹੀਆਂ ਧਮਕੀਆਂ ਦੇ ਨਾਲ ਮੇਰੀ ਆਵਾਜ਼ ਨਹੀਂ ਦਬਾ ਸਕਦੇ। ਸੋ ਸਿਮਰਨਜੀਤ ਸਿੰਘ ਮਾਨ ਨੇ ਇੱਕ ਸਟੇਟਮੈਂਟ ਜਾਰੀ ਕੀਤੀ, ਇੱਕ ਸਟੇਟਮੈਂਟ ਦਿੱਤੀ ਮੀਡੀਆ ਦੇ ਨਾਲ ਮੁਖਾਤਿਬ ਹੁੰਦਿਆਂ ਜਦੋਂ ਪੱਤਰਕਾਰ ਦੁਆਰਾ ਸਵਾਲ ਪੁੱਛਿਆ ਗਿਆ ਕਿ ਕੰਗਨਾ ਨੇ ਕਿਸਾਨਾਂ ਮੁਤੱਲਕ ਇਹ ਸਟੇਟਮੈਂਟ ਦਿੱਤੀ ਹੈ, ਤਾਂ ਉਹਨਾਂ ਨੇ ਵੀ ਜਿਹੜਾ ਇਹ ਗੱਲਬਾਤ ਦਾ ਜ਼ਿਕਰ ਕੀਤਾ ਕਿ ਆਖਿਰ ਇਹ ਉਹਨਾਂ ਨੂੰ ਪਤਾ ਹੋਊਗਾ। ਉਹ ਕਹਿੰਦੇ ਕਿ ਕੰਗਨਾ ਰਣੌਤ ਨੂੰ ਰੇਪ ਦਾ ਕਾਫੀ ਤਜਰਬਾ ਹੈ, ਅਤੇ ਉਹਨਾਂ ਨੂੰ ਪੁੱਛੋ ਕਿ ਰੇਪ ਕਿਵੇਂ ਹੁੰਦਾ। ਇਹ ਵਿਵਾਦ ਜੋ ਵੱਡਾ ਖੜਾ ਹੋਇਆ, ਉਹ ਤੋਂ ਬਾਅਦ BKU ਦੇ ਸੂਬਾ ਪ੍ਰਧਾਨ, BKU ਤੋਤੇਵਾਲ ਦੇ ਸੂਬਾ ਪ੍ਰਧਾਨ ਸੁਖਗਿੱਲ ਨੇ ਇਸ ਦੀ ਹਮਾਇਤ ਕੀਤੀ, ਲੇਕਿਨ ਹੁਣ ਕੰਗਨਾ ਰਣੌਤ ਦੀ ਸਟੇਟਮੈਂਟ ਸਾਹਮਣੇ ਆ ਗਈ ਹੈ ਇਸ ਪੂਰੇ ਮਾਮਲੇ ਨੂੰ ਲੈ ਕੇ, ਇਸ ਪੂਰੇ ਮਸਲੇ ਨੂੰ ਲੈ ਕੇ ਕਿ ਮੈਨੂੰ ਬਲਾਤਕਾਰ ਦੀਆਂ ਧਮਕੀਆਂ ਮਿਲ ਰਹੀਆਂ ਨੇ, ਅਜਿਹੀਆਂ ਧਮਕੀਆਂ ਦੇ ਨਾਲ ਮੇਰੀ ਆਵਾਜ਼ ਨਹੀਂ ਦਬਾ ਸਕਦੇ ਤੁਸੀਂ ਕੋਈ ਵੀ। ਹਾਲਾਂਕਿ ਅਕਸਰ ਹੀ ਕੰਗਨਾ ਰਣੌਤ ਆਪਣੀਆਂ ਜਿਹੜੀਆਂ ਸਟੇਟਮੈਂਟਾਂ ਨੇ ਉਹਨਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੇ ਨੇ। ਜਦੋਂ ਉਹਨਾਂ ਦੀ ਸਟੇਟਮੈਂਟ ਜਾਰੀ ਹੁੰਦੀ ਹੈ ਤਾਂ ਉਹ ਤੋਂ ਬਾਅਦ ਕਈ ਵਾਰ ਵੱਡੇ ਵਿਵਾਦ ਵੀ ਖੜ੍ਹੇ ਹੋਏ ਨੇ। ਸ਼ਾਇਦ ਇਹੀ ਕਾਰਨ ਹੈ ਕਿ ਉਹ ਤੋਂ ਬਾਅਦ ਹੁਣ BKU ਤੋਤੇਵਾਲ ਦੇ ਸੂਬਾ ਪ੍ਰਧਾਨ ਨੂੰ ਲੱਗ ਰਿਹਾ ਕਿ ਇਹ ਐਕਸ਼ਨ ਦਾ ਰਿਐਕਸ਼ਨ ਹੋਇਆ। ਜੋ ਰਿਐਕਸ਼ਨ ਹੈ ਉਹ ਬਿਲਕੁਲ ਦਰੁਸਤ ਹੈ, ਇਹ BKU ਤੋਤੇਵਾਲ ਦੇ ਸੂਬਾ ਪ੍ਰਧਾਨ ਕਹਿ ਰਹੇ ਨੇ, ਅਤੇ ਉੱਧਰ ਸਿਮਰਜੀਤ ਸਿੰਘ ਮਾਨ ਨੇ ਮੀਡੀਆ ਦੇ ਮੁਖਾਤਿਬ ਹੁੰਦਿਆਂ ਇਹ ਸਟੇਟਮੈਂਟ ਦਿੱਤੀ ਹੈ। ਲੇਕਿਨ ਹੁਣ ਕੰਗਨਾ ਰਣੌਤ ਨੇ ਕਿਹਾ ਕਿ ਮੈਨੂੰ ਬਲਾਤਕਾਰ ਦੀਆਂ ਧਮਕੀਆਂ ਮਿਲ ਰਹੀਆਂ ਨੇ, ਲੇਕਿਨ ਮੈਂ ਅਜਿਹੀਆਂ ਧਮਕੀਆਂ ਤੋਂ ਡਰਨ ਵਾਲੀ ਨਹੀਂ ਹਾਂ, ਮੇਰੀ ਆਵਾਜ਼ ਨਹੀਂ ਦਬਾ ਸਕਦੇ। ਤਾਂ ਹੁਣ ਦੇਖਣਾ ਹੋਏਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਹੋ ਜਿਹੀ ਸਥਿਤੀ ਰਹਿੰਦੀ ਹੈ, ਕੀ ਕੁਝ ਕਾਰਵਾਈ ਹੁੰਦੀ ਹੈ, ਕਿਉਂਕਿ ਮਾਮਲਾ ਜਿਹੜਾ ਹੁਣ ਭਖਦਾ ਹੋਇਆ ਨਜ਼ਰ ਆ ਰਿਹਾ ਹੈ। ਜਦੋਂ ਤੋਂ ਕੰਗਨਾ ਰਣੌਤ ਦੀ ਸਟੇਟਮੈਂਟ ਸਾਹਮਣੇ ਆਈ ਹੈ ਕਿਸਾਨਾਂ ਨੂੰ ਲੈ ਕੇ, ਕਿਸਾਨਾਂ ਦੇ ਧਰਨੇ ਨੂੰ ਲੈ ਕੇ, ਉਹ ਤੋਂ ਬਾਅਦ ਤੋਂ ਕਈ ਪਾਸੇ ਕਈ ਸਿਆਸੀ ਪਾਰਟੀਆਂ ਕੰਗਨਾ ਰਣੌਤ ਦੀ ਸਟੇਟਮੈਂਟ ਦੀਆਂ ਜਿਹੜੀਆਂ ਨੇ ਉਹ ਨਿਖੇਧੀ ਕਰ ਰਹੀਆਂ ਨੇ, ਤਾਂ ਦੂਸਰੇ ਪਾਸੇ ਹੁਣ ਉਹ ਐਕਸ਼ਨ ਦਾ ਰਿਐਕਸ਼ਨ ਵੀ ਹੋਣਾ ਸ਼ੁਰੂ ਹੋ ਚੁੱਕਿਆ। ਭਾਵੇਂ ਕਿ ਹਰੇਕ ਕੋਈ ਸ਼ਖਸ ਨੂੰ ਗੱਲ ਹਮੇਸ਼ਾ ਤੋਲ ਕੇ ਬੋਲ ਕੇ ਬੋਲਣੀ ਚਾਹੀਦੀ ਹੈ, ਲੇਕਿਨ ਕੰਗਨਾ ਰਣੌਤ ਦੀ ਸਟੇਟਮੈਂਟ ਪਹਿਲਾਂ ਆਈ, ਉਹ ਤੋਂ ਬਾਅਦ ਸਿਮਰਜੀਤ ਸਿੰਘ ਮਾਨ ਦੀ ਸਟੇਟਮੈਂਟ ਆਈ, ਉਹ ਤੋਂ ਬਾਅਦ BKU ਤੋਤੇਵਾਲ ਦੇ ਸੂਬਾ ਪ੍ਰਧਾਨ ਦੀ ਸਟੇਟਮੈਂਟ, ਤਾਂ ਹੁਣ ਉਹਦੇ 'ਤੇ ਹੀ ਕੰਗਨਾ ਰਣੌਤ ਨੇ ਮੁੜ ਤੋਂ ਜਿਹੜੀ ਹੈ ਸਟੇਟਮੈਂਟ ਦਿੱਤੀ ਹੈ ਕਿ ਮੈਨੂੰ ਬਲਾਤਕਾਰ ਦੀਆਂ ਧਮਕੀਆਂ ਮਿਲ ਰਹੀਆਂ ਨੇ, ਅਜਿਹੀਆਂ ਧਮਕੀਆਂ ਦੇ ਨਾਲ ਉਹ ਕਹਿੰਦੇ ਮੇਰੀ ਆਵਾਜ਼ ਦਵਾਈ ਨਹੀਂ ਜਾ ਸਕਦੀ। ਤਾਂ ਫੋਨ ਲਾਈਨ 'ਤੇ ਮੇਰੇ ਸਹਿਯੋਗੀ ਸੰਦੀਪ ਸਿੰਘ ਜੁੜੇ ਨੇ। ਸੰਦੀਪ, ਕੀ ਜਾਣਕਾਰੀ ਹੈ ਜੋ ਜਿਸ ਹਿਸਾਬ ਦੇ ਨਾਲ ਇਹ
ਕੰਗਣਾ ਰਣੌਤ ਦੀ ਸਟੇਟਮੈਂਟ ਬਾਅਦ ਵਾਰ ਪਲਟਵਾਰ ਦਾ ਸਿਲਸਿਲਾ ਸ਼ੁਰੂ ਹੋਇਆ ਤਾਂ ਹੁਣ ਕੰਗਣਾ ਨੇ ਇਹ ਗੱਲ ਦਾ ਖਦਸ਼ਾ ਪ੍ਰਗਟਾਇਆ ਕਿ ਮੈਨੂੰ ਬਲਾਤਕਾਰ ਦੀਆਂ ਧਮਕੀਆਂ ਮਿਲ ਰਹੀਆਂ ਨੇ ਲੇਕਿਨ ਮੇਰੀ ਆਵਾਜ਼ ਨਹੀਂ ਦਬਾ ਸਕਦੇ। ਬਿਲਕੁਲ ਕ੍ਰਿਸ਼ਨ, ਜਿਸ ਤਰੀਕੇ ਸੇ ਲਗਾਤਾਰ ਜੋ ਹੈ ਕੰਗਣਾ ਕੇ ਬਿਆਨ ਕੇ ਬਾਅਦ ਜੋ ਹੈ ਸਿਆਸਤ ਪੂਰੇ ਦੇਸ਼ ਮੇ ਅਲੱਗ ਅਲੱਗ ਰਾਜਿਓ ਮੇ ਜੋ ਹੈ ਵੋ ਦੇਖਨੇ ਕੋ ਮਿਲ ਰਹੀ ਹੈ, ਤੋ ਐਸੇ ਮੇ ਕਹੀਂ ਨਾ ਕਹੀਂ ਤਮਾਮ ਵਿਪਕਸ਼ੀ ਦਲ ਜੋ ਹੈ ਵੋ ਕੰਗਣਾ ਕੋ ਘੇਰੀਏ ਮਿਲ ਗਏ ਹੋਏ ਹੈ। ਲੇਕਿਨ ਦੂਸਰੀ ਤਰਫ ਕੰਗਣਾ ਨੇ ਵੀ ਰੀਸੈਂਟਲੀ ਜੋ ਹੈ ਇੱਕ ਟਵੀਟ ਕੀਆ ਹੈ ਸੋਸ਼ਲ ਮੀਡੀਆ ਪਰ, ਜਿਸ ਤਰੀਕੇ ਸੇ ਪੋਸਟ ਕੀ ਹੈ ਤੋ ਉਨਕਾ ਕਹਿਣਾ ਹੈ ਕਿ ਵਹਿ ਇੱਕ ਹਾਈ ਪ੍ਰੋਫਾਈਲ ਫਿਲਮ ਮੇਕਰ ਔਰ ਪੋਲੀਟੀਸ਼ੀਅਨ ਹੈ ਔਰ ਜਿਸ ਤਰੀਕੇ ਸੇ ਵੋ ਆਪਣੀ ਬਾਤ ਬੇਵਾਕੀ ਸੇ ਰੱਖਤੀ ਹੈ ਤੋ ਵੋ ਉਸਕੋ ਜਾਰੀ ਰੱਖੇਂਗੀ ਔਰ ਵੋ ਕਿਸੀ ਸੇ ਡਰਦੀ ਨਹੀਂ ਹੈ। ਜੋ ਵੀ ਦੇਸ਼ ਮੇ ਗਲਤ ਹੋ ਰਹਾ ਹੈ ਉਸਕਾ ਜੋ ਹੈ ਆਪਣੀ ਆਵਾਜ਼ ਜੋ ਹੈ ਵੋ ਪ੍ਰਬਲ ਤਰੀਕੇ ਸੇ ਰੱਖੇਂਗੀ। ਦਿਖਾਣੇ ਕੀ ਔਰ ਬਤਾਨੇ ਕੀ ਕੋਸ਼ਿਸ਼ ਕੀ ਹੈ ਕਿ ਕੰਗਣਾ ਫਿਲਹਾਲ ਇਨ ਤਮਾਮ ਜੋ ਧਮਕੀਆਂ ਹੈ ਉਨਸੇ ਡਰਨੇ ਵਾਲੀ ਨਹੀਂ ਹੈ। ਹਾਲਾਂਕਿ ਇਸੀ ਜੋ ਹੈ ਸਟੇਟਮੈਂਟ ਕੋ ਲੇਕਰ ਲਗਾਤਾਰ ਕੰਗਣਾ ਰਣੌਤ ਕੋ ਜੋ ਹੈ ਤਮਾਮ ਇਲਾਕੋ ਮੇ ਜੋ ਹੈ ਟ੍ਰੋਲ ਕਰਨੇ ਕੀ ਕੋਸ਼ਿਸ਼ ਕੀ ਜਾ ਰਹੀ ਹੈ। ਹਿਮਾਚਲ ਪ੍ਰਦੇਸ਼ ਮੇ ਵੀ ਜਿਸ ਤਰੀਕੇ ਸੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦਾ ਮੌਨਸੂਨ ਸਤਰ ਚੱਲ ਰਿਹਾ ਹੈ ਤੋ ਸਤਰ ਕੇ ਦੌਰਾਨ ਵੀ ਮਹਿੰਦਰਾ ਪ੍ਰਸਤਾਵ ਜੋ ਹੈ ਵੋ ਲਾਇਆ ਗਿਆ ਔਰ ਆਪ ਸਮਝ ਸਕਦੇ ਹੈ ਕਿ ਕੰਗਣਾ ਰਣੌਤ ਕਿਸਾਨ ਅੰਦੋਲਨ ਵਾਲੇ ਮਾਮਲੇ ਪਰ ਜਿਸ ਤਰੀਕੇ ਸੇ ਬਿਆਨਬਾਜ਼ੀ ਆਈ ਉਸ ਪਰ ਸਿਆਸਤ ਲਗਾਤਾਰ ਵਰਤੀ ਜਾ ਰਹੀ ਹੈ। ਜੀ ਕ੍ਰਿਸ਼ਨ, ਸਦੀਪ ਜਿਸ ਹਿਸਾਬ ਦੇ ਨਾਲ ਕੰਗਣਾ ਰਣੌਤ ਹਲੇ ਕਿ ਅਦਾਕਾਰਾ ਨੇ ਉਸ ਤੋਂ ਬਾਅਦ ਹੁਣ ਮੈਂਬਰ ਪਾਰਲੀਮੈਂਟ ਨੇ ਮੌਜੂਦਾ ਤਾਂ ਸ਼ਾਇਦ ਕੋਈ ਵੀ ਸ਼ਖਸ ਹੋਵੇ ਭਾਵੇਂ ਕੰਗਣਾ ਰਣੌਤ ਹੈ ਜਾਂ ਫਿਰ ਕੋਈ ਵੀ ਸ਼ਖਸ ਹੈ ਜੋ ਜ਼ਿੰਮੇਵਾਰੀ ਪੋਸਟ 'ਤੇ ਬੈਠਾ ਹੈ ਤਾਂ ਉਹਨੂੰ ਹਮੇਸ਼ਾ ਹੀ ਤੋਲ ਮੋਲ ਕੇ ਬੋਲਣਾ ਚਾਹੀਦਾ ਹੈ। ਲੇਕਿਨ ਕੰਗਣਾ ਰਣੌਤ ਦੀ ਹਮੇਸ਼ਾ ਹੀ ਸਟੇਟਮੈਂਟ ਜਿਹੜੀਆਂ ਨੇ ਉਹ ਕਿਸਾਨਾਂ ਬਾਬਤ ਇੱਕ ਪਾਰਟੀਕੁਲਰ ਸਿੱਖ ਜਮਾਤ ਬਾਬਤ ਅਜਿਹੀਆਂ ਸਾਹਮਣੇ ਆਈਆਂ ਨੇ ਕਿ ਸ਼ਾਇਦ ਇੰਝ ਲੱਗ ਰਿਹਾ ਕਿ ਸ਼ਾਇਦ ਕੋਈ ਨਿੱਜੀ ਦੁਸ਼ਮਣੀ ਲੱਗ ਰਹੀ ਹੈ ਇਹਨਾਂ ਦੀ। ਬਿਲਕੁਲ ਇਹੀ ਸਮਝਿਆ ਜਾ ਸਕਦਾ ਹੈ ਕ੍ਰਿਸ਼ਨ ਕਿ ਜਿਸ ਤਰੀਕੇ ਸੇ ਕੰਗਣਾ ਰਣੌਤ ਜੋ ਹੈ ਵੋ ਪਹਿਲੇ ਇੱਕ ਅਭਿਨੇਤਰੀ ਹੈ, ਫਿਲਮ ਅਦਾਕਾਰਾ ਹੈ, ਲੇਕਿਨ ਉਸਕੇ ਬਾਅਦ ਅਬ ਜਿਸ ਤਰੀਕੇ ਸੇ ਕੋਨਸਟੀਟਿਊਸ਼ਨਲ ਪੋਸਟ ਪਰ ਜੋ ਹੈ ਵੋ ਅਬ ਕੰਗਣਾ ਰਣੌਤ ਹੈ ਕਿਉਂਕਿ ਸਾਂਸਦ ਦਮਨ ਕੀ ਸੰਸਦੀ ਕਸ਼ਤਰ ਸੇ ਹਿਮਾਚਲ ਪ੍ਰਦੇਸ਼ ਸੇ ਸੰਬੰਧ ਰੱਖਤੀ ਹੈ ਤੋ ਐਸੇ ਮੇਂ ਅਬ ਉਨਕੀ ਕਈ ਸਾਰੀ ਬਿਆਨਬਾਜ਼ੀ ਜੋ ਹੈ ਵੋ ਉਸਕੇ ਕਈ ਮਾਇਨੇ ਰਹਿਤੇ ਹੈ ਔਰ ਜਿਸ ਤਰੀਕੇ ਸੇ ਕਿਸਾਨ ਅੰਦੋਲਨ ਹੋ ਜਾਂ ਅਬ ਕਈ ਸਾਰੇ ਪੋਲੀਟੀਸ਼ੀਅਨ ਸਾਹਿਤਿਕ ਔਰ ਜਿਸ ਤਰੀਕੇ ਸੇ ਵੁਮੈਨ ਕੋ ਲੇਕਰ ਜਿਸ ਤਰੀਕੇ ਸੇ ਉਨਕਾ ਬਿਆਨ ਲਗਾਤਾਰ ਸੋਸ਼ਲ ਮੀਡੀਆ ਪਰ ਜਾਂ ਮੀਡੀਆ ਪਰ ਆ ਰਿਹਾ ਹੈ ਤੋ ਉਸਕੇ ਕਈ ਸਾਰੇ ਸਰਤੀ ਕਰੇ ਜਾ ਰਹੇ ਹੈ ਤੋ ਐਸੇ ਮੇਂ ਜਿਸ ਤਰੀਕੇ ਸੇ ਲਗਾਤਾਰ ਉਨਕੀ ਬਿਆਨਬਾਜ਼ੀ ਕੋ ਲੇਕਰ ਜੋ ਹੈ ਸਮਾਚਾਰ ਮਚਾ ਹੁਆ ਹੈ ਸੋਸ਼ਲ ਮੀਡੀਆ ਪਰ ਆਪ ਸਮਝ ਸਕਤੇ ਹੈ ਕਿ ਅਬ ਜੋ ਹੈ ਕੰਗਣਾ ਰਣੌਤ ਕਾਫੀ ਹੱਦ ਤੱਕ ਜਿਸ ਤਰੀਕੇ ਸੇ ਅਬ ਵੋ ਪੋਲੀਟੀਸ਼ੀਅਨ ਹੈ ਤੋ ਉਨਕੋ ਕਈ ਸਾਰੀ ਚੀਜ਼ੋਂ ਕੋ ਲੇਕਰ ਜੋ ਹੈ ਆਪਣੇ ਵਕਤਵਯ ਕੋ ਠੀਕ ਕਰਨੇ ਕੀ ਜ਼ਰੂਰਤ ਹੈ ਤਾਂ ਕਿ ਆਨੇ ਵਾਲੇ ਸਮੇਂ ਮੇਂ ਜਿਸ ਤਰੀਕੇ ਸੇ ਉਨਕੇ ਬਿਆਨ ਕੋ ਲੇਕਰ ਜੋ ਹੈ ਸਿਆਸਤ ਗਰਮ ਹੋ ਰਹੀ ਹੈ, ਕਈ ਸਾਰੇ ਜੋ ਹੈ ਇਲਾਕੋ ਮੇਂ ਵਿਰੋਧ ਪ੍ਰਦਰਸ਼ਨ ਹੋ ਰਹਾ ਹੈ ਤੋ ਐਸੇ ਮੇਂ ਅਬ ਦੇਖਣਾ ਹੀ ਹੋਗਾ ਕਿ ਆਗੇ ਆਨੇ ਵਾਲੇ ਸਮੇਂ ਮੇਂ ਇਨਕਾ ਰੁਖ ਕਿਸ ਤਰੀਕੇ ਸੇ ਰਹਿਤਾ ਹੈ। ਜਿਸ ਤਰੀਕੇ ਸੇ ਸੋਸ਼ਲ ਮੀਡੀਆ ਮੇਂ ਅਭੀ ਲੇਟਰ ਪੋਸਟ ਕੀਆ ਹੈ ਤੋ ਉਸਸੇ ਤੋ ਯਹੀ ਲਗ ਰਹਾ ਹੈ ਕਿ ਉਨ੍ਹੋਂਨੇ ਤਮਾਮ ਲੋਗੋਂ ਕੋ ਇੱਕ ਸੰਦੇਸ਼ ਦੇਣ ਕੀ ਕੋਸ਼ਿਸ਼ ਕੀ ਹੈ ਕਿ ਉਨਕੇ ਖਿਲਾਫ ਜਿਤਨੀ ਮਰਜ਼ੀ ਕਦਮ ਕੰਗਣਾ ਜੋ ਹੈ ਵੋ ਰੁਕਣੇ ਵਾਲੀ। ਠੀਕ ਹੈ ਠੀਕ ਹੈ ਠੀਕ ਹੈ ਸੰਦੀਪ, ਫਿਲਹਾਲ ਦੀ ਜਾਣਕਾਰੀ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ।